ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਜਗਵੰਡ ਟੀਵੀ। ਮੈਂ ਹਰੀਸ਼ ਬਠਲਾ, ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ, ਜਿੱਥੋਂ ਹੁਕਮਰਾਨ ਪਾਰਟੀ ਦੇ ਉਮੀਦਵਾਰ ਤੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ, ਜੋ ਕਿ ਆਪ ਪਾਰਟੀ ਦੇ ਉਮੀਦਵਾਰ ਨੇ, ਉਹਨਾਂ ਦੇ ਹੱਕ ਵਿੱਚ ਅੱਜ ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਇੱਕ ਮੋਟਰਸਾਈਕਲ ਰੈਲੀ ਕੱਢੀ ਗਈ, ਜੋ ਕਿ ਹਲਕੇ ਦੇ ਵੱਖ ਵੱਖ ਭਾਗਾਂ ਵਿੱਚੋਂ ਹੋਈ ਲੰਘੀ, ਜਿਹਦੇ ਭਰਵਾਂ ਹੁੰਗਾਰਾ ਮਿਲ ਰਿਹਾ। ਆਹ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀਆਂ ਤਸਵੀਰਾਂ। ਇਸ ਮੌਕੇ ਕੀ ਕਹਿ ਰਹੇ ਨੇ ਮਲਵਿੰਦਰ ਸਿੰਘ ਕੰਗ ਅਤੇ ਹਰਜੋਤ ਸਿੰਘ ਬੈਂਸ? ਗੱਲ ਇਹ ਆ ਵੀ ਅੱਜ ਸਾਡੇ ਮਾਣਯੋਗ ਮੰਤਰੀ ਸਾਹਿਬ ਦੀ ਅਗਵਾਈ 'ਚ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਦੇ ਸਾਰੇ ਹੀ ਸਾਡੇ ਸਾਥੀ ਜਿਹੜੇ ਨੌਜਵਾਨ ਵੀਰ, ਵੱਡੇ ਛੋਟੇ, ਅੱਜ ਬੜੇ ਉਤਸ਼ਾਹ 'ਚ ਜਿਹੜਾ ਇੱਕ ਮੋਟਰਸਾਈਕਲ ਰੈਲੀ ਦੇ ਰੂਪ ਵਿੱਚ ਪਿੰਡ ਪਿੰਡ ਮਾਨ ਸਾਹਿਬ ਦੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੂੰ ਲੈ ਕੇ ਜਾਵਾਂਗੇ ਔਰ ਲੋਕਾਂ ਨੂੰ ਅਪੀਲ ਕਰਾਂਗੇ, ਬੇਨਤੀ ਕਰਾਂਗੇ। ਉਸ 2 ਸਾਲਾਂ ਜਿਹੜੇ ਕੰਮ ਕੀਤੇ ਆ ਸਰਕਾਰ ਨੇ, ਔਰ ਅੱਜ ਜਿਹੜੇ ਪੰਜਾਬ ਦੇ ਹੱਕਾਂ ਖੋਏ ਜਾ ਰਹੇ ਸੈਂਟਰ ਵੱਲੋਂ, ਉੱਥੇ ਉਸ ਬੰਦੇ ਨੂੰ ਭੇਜਿਆ ਜਾਵੇ ਜਿਹੜਾ ਪੰਜਾਬ ਦੇ ਹੱਕਾਂ 'ਤੇ ਗੱਲ ਕਰ ਸਕੇ। ਮੇਰੇ ਮਾਣਯੋਗ ਮੁੱਖ ਮੰਤਰੀ ਜੀ ਦਾ ਔਰ ਸਾਡੇ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਔਰ ਨੌਜਵਾਨ ਭਰਾਵਾਂ ਦਾ, ਜਿਹੜੇ ਵੱਡੀ ਤਾਦਾਦ 'ਚ ਇੱਥੇ ਆਏ ਆ ਕਿ ਉਹ ਸਾਰੇ ਦਿਨ ਰਾਤ ਲੱਗੇ ਆ ਕਿ 13 ਦੀਆਂ 13 ਸੀਟਾਂ ਮਾਨ ਸਾਹਿਬ ਦੀ ਅਗਵਾਈ 'ਚ ਲੋਕ ਸਭਾ ਦੀ ਆਮ ਆਦਮੀ ਪਾਰਟੀ ਕੀ ਲੱਗਦਾ? ਇਹ ਸਾਡੀ ਅਨੰਦਪੁਰ ਸਾਹਿਬ ਦਾ ਸਾਰਾ, ਮੈਂ ਹਮੇਸ਼ਾ ਕਹਿੰਦਾ ਕਿ ਸਾਸੀ ਆਪਣੇ ਪਾਰਟੀ ਦੇ ਵਿੱਚ ਸਾਡੇ ਕੋਈ ਵਰਕਰ ਵਾਲਾ ਲੀਡਰ ਵਾਲਾ ਕੰਸੈਪਟ ਨਹੀਂ। ਅਸੀਂ ਇੱਕ ਪਰਿਵਾਰ ਹੈ, ਸਾਰੇ ਛੋਟੇ ਵੱਡੇ ਭਰਾ ਨੇ ਅਤੇ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਇਸ ਮਹਾਨ ਪਵਿੱਤਰ ਧਰਤੀ ਤੋਂ ਮਾਂ ਜਲਫਾ ਮਾਤਾ ਦੇ ਦਰਬਾਰ ਨੰਗਲ ਤੱਕ ਦਾ ਜਿਹੜਾ ਮੋਟਰਸਾਈਕਲ ਲਗਭਗ 50 ਪਿੰਡਾਂ ਦੇ ਵਿੱਚੋਂ ਗੁਜ਼ਰਨਾ, ਮਕਸਦ ਇਹੀ ਹੈ ਕਿ ਅਸੀਂ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਉਹਨਾਂ ਨੂੰ 13 ਬੁਲੰਦ ਆਵਾਜ਼ਾਂ ਚਾਹੀਦੀਆਂ, ਤਾਂ ਇਸ ਮਹਾਨ ਧਰਤੀ ਤੋਂ ਮਾਲਵਿੰਦਰ ਸਿੰਘ ਕੰਗ ਦੇ ਰੂਪ ਦੇ ਵਿੱਚ ਇੱਕ ਪੜ੍ਹੇ ਲਿਖੇ ਨੌਜਵਾਨ ਆਗੂ, ਜੋ ਉਹਨਾਂ ਨੇ ਹਮੇਸ਼ਾ ਪੰਜਾਬ ਦੇ ਹੱਕਾਂ ਲਈ ਖੜ੍ਹੇ ਨੇ, ਇੱਦਾਂ ਦੀ ਇੱਕ ਬੁਲੰਦ ਆਵਾਜ਼ ਨੂੰ ਅਸੀਂ ਭੇਜਣਾ ਅਤੇ ਤੁਹਾਡੇ ਸਾਹਮਣੇ ਜਿਹੜਾ ਉਤਸ਼ਾਹ ਹੈ ਉਹ ਤੁਸੀਂ ਦੇਖ ਸਕਦੇ।